ਜਿਹੜੇ ਇਹ ਕਰਨਾਲ ਇੰਸੀਡੈਂਟ ਦੇ ਨਾਲ ਰਿਲੇਟਡ ਜਿਹੜੇ ਆ ਸਾਡਾ ਓਪਰੇਸ਼ਨ ਫਿਰੋਜ਼ਪੁਰ ਪੁਲਿਸ ਵੱਲੋਂ ਚਲਾਇਆ ਗਿਆ, ਇਹਦੇ ਵਿੱਚ ਉਹਨਾਂ ਦੇ ਦੋ ਐਸੋਸੀਏਟਸ ਆਕਾਸ਼ਦੀਪ ਅਤੇ ਜਸ਼ਨਪ੍ਰੀਤ ਏਲੀਅਸ ਜਸ਼ਨ, ਇਹਨਾਂ ਨੂੰ ਕਾਬੂ ਕੀਤਾ ਗਿਆ। ਇਹਨਾਂ ਦੇ ਕੋਲੋਂ ਇੱਕ ਗੱਡੀ ਜਿਹੜੀ ਹੈ ਸਕੋਰਪੀਓ ਜਿਸ 'ਤੇ ਸਵਾਰ ਸਨ ਉਹਨੂੰ ਵੀ ਕਾਬੂ ਕੀਤਾ ਗਿਆ। ਇਹਨਾਂ ਦੀ ਮੁੱਢਲੀ ਪੁੱਛਗਿੱਛ ਜਿਹੜੀ ਆ ਉਹ ਕੀਤੀ ਗਈ ਹੈ। ਉਸ ਤੋਂ ਬਾਅਦ ਜਿਹੜਾ ਹੈ ਇਹਨਾਂ ਦਾ 5 ਦਿਨ ਦਾ ਰਿਮਾਂਡ ਸਾਨੂੰ ਮਿਲਿਆ ਸੀ, ਜੋ ਇਹਦੇ ਵੱਲੋਂ ਦੱਸਿਆ ਗਿਆ ਪੁੱਛਗਿੱਛ ਦੌਰਾਨ। ਉਦੋਂ ਬਾਅਦ ਜਿਨ੍ਹਾਂ ਜਿਨ੍ਹਾਂ ਥਾਵਾਂ 'ਤੇ ਜਾ ਕੇ ਇਹਨਾਂ ਨੇ ਸਪਲਾਈ ਕੀਤਾ ਜਾਂ ਖੇਪਾਂ ਨੂੰ ਨੱਪਿਆ, ਉਹ ਜਿਹੜੀ ਥਾਵਾਂ ਨੇ ਉਹ ਆਈਡੈਂਟੀਫਾਈ ਕੀਤੀਆਂ ਗਈਆਂ ਨੇ। ਡਿਫਰੈਂਟ ਏਜੰਸੀਜ਼, ਡਿਫਰੈਂਟ ਡਿਸਟ੍ਰਿਕਟਸ ਦੀ ਪੁਲਿਸ, ਉਹ ਸਾਰੀਆਂ ਜਿਹੜੀਆਂ ਉਹ ਲੱਗੀਆਂ ਹੋਈਆਂ ਨੇ। ਡਿਫਰੈਂਟ ਪਲੇਸਿਸ ਦੀ ਸਰਚ ਵੀ ਕੀਤੀ ਗਈ ਹੈ। ਇਸੇ ਦੇ ਤਹਿਤ ਹੀ ਸਾਡੇ ਕੋਲ ਜਿਹੜੀ ਹੈ 2 ਪਿਸਟਲ ਜਿਹੜੀਆਂ 9 mm ਦੀਆਂ ਨੇ, ਜਿਹਦੇ ਵਿੱਚੋਂ ਇੱਕ ਆਸਟਰੀਆ ਮੇਡ ਜਿਹੜੀ ਗਲੋਕ ਹੈ ਉਹ ਵੀ ਰਿਕਵਰ ਹੋਈ ਹੈ। ਇਹਨਾਂ ਦਾ ਇੱਕ ਸਾਥੀ ਜਿਹੜਾ ਭਗੌੜਾ ਇਸ ਟਾਈਮ ਸੁਖਬੀਰ ਸਿੰਘ ਏਲੀਅਸ ਜਸ਼ਨ, ਉਹਦੀ ਮੋਟਰ ਤੋਂ ਜਿਹੜੀ ਇਹ 2 ਪਿਸਟਲ ਦੀ ਬਰਾਮਦਗੀ ਹੋਈ ਹੈ। ਬਿਲਕੁਲ ਜੀ, ਜੋ ਇਹ ਸਾਡੀ ਪੁੱਛਗਿੱਛ ਅਤੇ ਸਾਡੇ ਕੋਲੋਂ ਇਸ ਇਨਵੈਸਟੀਗੇਸ਼ਨ 'ਚ ਰਿਵੀਲ ਹੋਇਆ ਹੈ, ਇਹ ਸਾਰੀ ਜਿਹੜੀ ਖੇਪ ਹੈ ਡਰੋਨ ਦੇ ਰਾਹੀਂ ਜਿਹੜੀ ਇਹ ਫੜਦੇ ਸੀ। ਉਸ ਤੋਂ ਬਾਅਦ ਇਹ ਵੱਖੋ ਵੱਖਰੀ ਥਾਵਾਂ 'ਤੇ, ਉੱਥੇ ਜਿਹੜਾ ਇਹਨਾਂ ਦਾ ਹੈਂਡਲਰ ਬੈਠਾ ਹੈ ਹਰਵਿੰਦਰ ਰਿੰਦਾ, ਉਹਦੇ ਕਹਿਣ ਮੁਤਾਬਕ ਇਹ ਕਾਰਵਾਈ ਕਰਦੇ ਸੀ। ਜਿਹੜਾ ਗੁਰਪ੍ਰੀਤ ਅਤੇ ਇਹਦਾ ਭਰਾ ਅਮਨਦੀਪ ਹੈ, ਉਹ ਇਹਦੇ ਉਹਨਾਂ ਦੇ ਟੱਚ ਵਿੱਚ ਜਿਹੜਾ ਹੈ ਆਕਾਸ਼ਦੀਪ ਆਇਆ ਸੀ। ਉਸ ਤੋਂ ਬਾਅਦ ਇਹਨਾਂ ਨੇ ਇਹਨੂੰ ਕਲਟੀਵੇਟ ਕੀਤਾ ਅਤੇ ਇਹਨੂੰ ਜਿਹੜਾ ਹੈ ਇਸ ਕੰਮ 'ਤੇ ਲਾਇਆ। ਉਸ ਤੋਂ ਬਾਅਦ ਇਹਦੇ ਕਹਿਣ ਮੁਤਾਬਕ ਕਾਫੀ ਖੇਪਾਂ ਇਹਨਾਂ ਨੇ ਜਿਹੜੀਆਂ ਬਾਰਡਰ ਤੋਂ ਜਿਹੜੀਆਂ ਡਿਫਰੈਂਟ ਪਲੇਸਿਸ ਤਰਨ ਤਾਰਨ ਫਿਰੋਜ਼ਪੁਰ ਅਤੇ ਹੋਰ ਡਿਸਟ੍ਰਿਕਟਸ ਦੇ ਵਿੱਚ ਜਿਹੜੀਆਂ ਉਹ ਰੱਖੀਆਂ ਸੀ। ਬਿਲਕੁਲ ਹੈ ਜੀ, ਕਿਉਂਕਿ ਕੁਛ ਜਿਹੜੀਆਂ ਲੋਕੇਸ਼ਨ ਜਿਹੜੀਆਂ ਆਈਡੈਂਟੀਫਾਈ ਕਰਨੀਆਂ ਬਾਕੀ ਨੇ, ਜਿਹੜੀ ਖੇਪਾਂ ਇਹਨਾਂ ਨੇ ਯੂਜ਼ ਕੀ ਨਹੀਂ ਕੀਤੀਆਂ ਅਤੇ ਉਹ ਅਜੇ ਨੱਪੀਆਂ ਹੋਈਆਂ ਨੇ, ਉਹਨਾਂ ਦੀ ਰਿਕਵਰੀ ਬਾਕੀ ਹੈ। ਡਿਫਰੈਂਟ ਐਂਗਲਸ ਤੋਂ ਜਿਹੜੀ ਹੈ ਇਨਵੈਸਟੀਗੇਸ਼ਨ ਬਾਈ ਡਿਫਰੈਂਟ ਏਜੰਸੀਜ਼ ਆਲਸੋ ਉਹ ਚੱਲ ਰਹੀ। ਸਰ, ਜਿਹੜਾ ਪਿੱਛੇ ਹੈਂਡ ਗ੍ਰਨੇਡ ਬਰਾਮਦ ਹੋਇਆ ਸੀਗਾ ਪਿਛਲੇ ਸਾਲ ਦੀ ਅਸੀਂ ਗੱਲ ਕਰੀਏ ਤਾਂ 2020 ਦੇ ਵਿੱਚ, ਕਿ ਉਹ ਵੀ ਇਹਨਾਂ ਦੀ ਇਨਵੋਲਵਮੈਂਟ ਸੀਗੀ ਉਸ ਦੇ ਨਾਲ? ਬਿਲਕੁਲ ਜੀ, ਜਿਹੜਾ ਇਹ ਮੁਕੱਦਮਾ ਹੈ ਸਦਰ ਜ਼ਿਲ੍ਹਾ ਦੇ ਵਿੱਚ 122 ਨੰਬਰ ਮੁਕੱਦਮਾ 20/11/2021 ਨੂੰ ਦਰਜ ਕੀਤਾ ਗਿਆ ਸੀ, ਜਿਹਦੇ ਵਿੱਚ ਇੱਕ ਹੈਂਡ ਗ੍ਰਨੇਡ ਜਿਹੜਾ ਹੈ ਉਹਦੀ ਰਿਕਵਰੀ ਹੋਈ ਸੀ। ਹੁਣ ਆਕਾਸ਼ ਦੀ ਪੁੱਛਗਿੱਛ ਤੋਂ ਇਹ ਗੱਲ ਸਾਬਤ ਹੁੰਦੀ ਹੈ ਕਿ ਉਹ ਅਤੇ ਉਸਦਾ ਜਿਹੜਾ ਸਹਿਯੋਗੀ ਸੀ ਗੁਰਪ੍ਰੀਤ, ਜਿਹੜਾ ਮੇਨ ਅਕਿਊਜ਼ਡ ਹੈਗਾ ਤੁਹਾਡਾ ਕਰਨਾਲ ਇੰਸੀਡੈਂਟ ਦਾ, ਇਹ ਦੋਨਾਂ ਨੇ ਮਿਲ ਕੇ ਇਹ ਜਿਹੜਾ ਗ੍ਰਨੇਡ ਹੈ ਉੱਥੇ ਰੱਖਿਆ ਸੀ। ਤਾਂ ਇਹਨਾਂ ਨੇ ਕੋਈ ਵੱਡੀ ਵਾਰਦਾਤ ਨੂੰ ਵੀ ਅੰਜਾਮ ਦੇਣਾ ਹੈਗਾ ਸੀਗਾ, ਇਹ ਵੀ ਕੋਈ ਖੁਲਾਸਾ ਹੋਇਆ? ਬਿਲਕੁਲ ਜੀ, ਇਹਨਾਂ ਨੂੰ ਵੱਖੋ ਵੱਖਰੇ ਟਾਈਮ 'ਤੇ ਵੱਖੋ ਵੱਖਰੇ ਲੀਡਰਸ, ਪੋਲੀਟੀਕਲ ਜਿਹੜੀ ਆ ਪਰਸਨੈਲਿਟੀਜ਼ ਅਤੇ ਪ੍ਰੈਸ਼ਰ ਗਰੁੱਪਸ ਦੇ ਲੀਡਰਸ ਜਿਹੜੇ ਇੰਪੋਰਟੈਂਟ ਹੁੰਦੇ ਆ ਉਹਨਾਂ ਨੂੰ ਟਾਰਗੇਟ ਕਰਨ ਵਾਸਤੇ ਜਿਹੜਾ ਹੈ ਕੋਈ ਨਾ ਕੋਈ ਕਦੇ ਨਾ ਕਦੇ ਇਹਨਾਂ ਨੂੰ ਟਾਈਮ ਮਿਲਦਾ ਸੀ, ਦੱਸਦੇ ਸੀ, ਪ੍ਰੋਗਰਾਮ ਦਿੰਦੇ ਸੀ। ਪਰ ਅਜੇ ਤੱਕ ਕਿਉਂਕਿ ਪੰਜਾਬ ਪੁਲਿਸ ਅਤੇ ਡਿਫਰੈਂਟ ਏਜੰਸੀ ਦੀ ਮੁਸਤੈਦੀ ਕਰਕੇ ਜਿਹੜੇ ਆ ਇਹਨਾਂ ਦੇ ਓਪਰੇਸ਼ਨਸ ਉਹ ਕਾਮਯਾਬ ਨਹੀਂ ਹੋਏ।